ਖੂਨਦਾਨ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਪੰਜਾਬੀ ਵਿੱਚ ਹੁਣ ਜ਼ਿਆਦਾਤਰ ਅਨਟੱਚ ਨਹੀਂ ਰਿਹਾ ਹੈਗਾ। ਪੰਜਾਬੀ ਵਿੱਚ ਵੀ ਇਸ ਵਿਸ਼ੇ 'ਤੇ ਬਹੁਤ ਸਾਰਾ ਚਾਨਣਾ ਪਿਆ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਆਈ ਆ, ਪਰ ਇਸ ਵਿਸ਼ੇ ਨੂੰ ਲੈ ਕੇ ਅੱਜ ਵੀ ਬਹੁਤ ਸਾਰੀਆਂ ਗਲਤ ਫਹਿਮੀਆਂ ਆ ਲੋਕਾਂ ਦੇ ਮਨ ਦੇ ਵਿੱਚ ਕਿ ਸਾਨੂੰ ਖੂਨਦਾਨ ਕਰਨਾ ਚਾਹੀਦਾ ਆ ਜਾਂ ਨਹੀਂ ਕਰਨਾ ਚਾਹੀਦਾ, ਖੂਨਦਾਨ ਕਰਨਾ ਚਾਹੀਦਾ ਅਤੇ ਕਦੋਂ ਕਰਨਾ ਚਾਹੀਦਾ, ਅਤੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਬਣ ਚੁੱਕੀਆਂ ਜੇ ਖੂਨਦਾਨ ਕਰਦੇ ਤਾਂ ਇੱਦਾਂ ਦੇ ਸਾਡੇ 'ਤੇ ਇਫੈਕਟ ਪੈ ਜੂਗੇ, ਕੋਈ ਕਮਜ਼ੋਰੀ ਆ ਜਾਂਦੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਸਾਨੂੰ ਕੋਈ ਫਿਜ਼ੀਕਲ ਪ੍ਰੋਬਲਮ ਆਉਂਦੀ ਖੂਨਦਾਨ ਕਰਨ ਦੇ ਨਾਲ। ਚਲੋ ਇਸ ਵਿਸ਼ੇ 'ਤੇ ਅੱਜ ਡਿਟੇਲ ਦੇ ਵਿੱਚ ਚਰਚਾ ਕਰਦੇ ਹਾਂ। ਜਿਹੜਾ ਖੂਨਦਾਨ ਇੱਕ ਅਜਿਹੀ ਚੀਜ਼ ਹੈ ਜਿਹਦਾ ਅਜੇ ਤੱਕ ਕੋਈ ਵੀ ਸਬਸਟੀਟਿਊਟ ਨਹੀਂ ਲੱਭਾ, ਕੋਈ ਵੀ ਇਹਦਾ ਹੋਰ ਦੂਸਰਾ ਬਦਲਾਅ ਨਹੀਂ ਲੱਭਾ ਹੈਗਾ ਕਿ ਇਹਨੂੰ ਅਸੀਂ ਕਿਸੇ ਵੀ ਮਕੈਨੀਕਲ ਵੇ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਵਿਗਿਆਨਿਕ ਤਰੀਕੇ ਨਾਲ ਅਸੀਂ ਖੂਨ ਨੂੰ ਖੁਦ ਤਿਆਰ ਕਰ ਸਕੀਏ। ਖੂਨ ਦਾ ਇੱਕੋ ਹੀ ਸੋਰਸ ਹੈ, ਉਹ ਹੈਗਾ ਨੈਚੁਰਲ ਵੇ, ਜੋ ਅਸੀਂ ਦਾਨ ਕਰਦੇ ਹਾਂ ਉਹੀ ਖੂਨ ਹੋਰ ਕੰਮਾਂ ਦੇ ਲਈ ਯੂਜ਼ ਕੀਤਾ ਜਾ ਸਕਦਾ, ਖੂਨ ਆਪ ਨਹੀਂ ਬਣਾਇਆ ਜਾ ਸਕਦਾ। ਹੁਣ ਤੁਸੀਂ ਇਸ ਗੱਲ ਤੋਂ ਇਹਦੀ ਅਹਿਮੀਅਤ ਸਮਝ ਸਕਦੇ ਹੋ ਕਿ ਦੇਸ਼ 'ਚ ਇੰਨੇ ਸਾਰੇ ਲੋਕ ਆ ਜੋ ਕਿ ਖੂਨ ਦੀ ਕਮੀ ਦੇ ਨਾਲ ਮਰ ਜਾਂਦੇ ਆ, ਡੈਥ ਹੋ ਜਾਂਦੀ ਆ, ਇੰਨੀਆਂ ਸਾਰੀਆਂ ਇਹ ਔਰਤਾਂ ਆ ਜੋ ਕਿ ਆਪਣੇ ਪ੍ਰਸਵ ਦੇ ਦੌਰਾਨ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਖੂਨ ਦੀ ਕਮੀ ਦੇ ਨਾਲ, ਇੰਨੇ ਸਾਰੇ ਲੋਕ ਆ ਜਿਨ੍ਹਾਂ ਦੇ ਐਕਸੀਡੈਂਟ ਹੋਣ ਦੇ ਕਾਰਨ ਸਹੀ ਸਮੇਂ 'ਤੇ ਖੂਨ ਨਾ ਮਿਲਣ ਕਾਰਨ ਜਾਂ ਜਿਸ ਬਲੱਡ ਗਰੁੱਪ ਦੀ ਜ਼ਰੂਰਤ ਆ ਉਹ ਬਲੱਡ ਗਰੁੱਪ ਉਸ ਟਾਈਮ ਨਾ ਮਿਲਣ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਆ। ਚਲੋ ਹੁਣ ਇਸ ਵਿਸ਼ੇ 'ਤੇ ਚਰਚਾ ਕਰਦੇ ਹਾਂ ਕਿ ਸਾਨੂੰ ਖੂਨਦਾਨ ਕਿਉਂ ਕਰਨਾ ਚਾਹੀਦਾ ਹੈ। ਜਦੋਂ ਅਸੀਂ ਲੰਮੇ ਸਮੇਂ ਤੋਂ ਖੂਨਦਾਨ ਨਹੀਂ ਕਰਦੇ, ਸਾਡੀ ਜਿਹੜੀ ਬੋਡੀ ਦਾ ਆ 5-6% ਹਿੱਸਾ ਆ ਜੋ ਕਿ ਖੂਨ ਹੁੰਦਾ ਆ, ਜਦੋਂ ਅਸੀਂ ਲੰਮੇ ਸਮੇਂ ਤੱਕ ਖੂਨਦਾਨ ਨਹੀਂ ਕਰਦੇ, ਖੂਨ ਦੇ ਵਿੱਚ ਇੱਕ ਤੱਤ ਹੁੰਦਾ ਆ ਜਿਹਨੂੰ ਇੰਗਲਿਸ਼ ਦੇ ਵਿੱਚ ਆਇਰਨ ਕਹਿੰਦੇ ਆ ਅਤੇ ਪੰਜਾਬੀ ਦੇ ਵਿੱਚ ਲੋਹਾ ਵੀ ਕਹਿ ਦਿੰਦੇ ਹਾਂ, ਜਿਹਦੀ ਕਿ ਖੂਨਦਾਨ ਨਾ ਕਰਨ ਦੇ ਕਾਰਨ ਸਰੀਰ ਦੇ ਵਿੱਚ ਅਧਿਕ ਮਾਤਰਾ ਹੋ ਜਾਂਦੀ ਹੈ ਅਤੇ ਉਹ ਜਿਹੜੀ ਸਾਰੀ ਮਾਤਰਾ ਆ ਸਾਡੇ ਦਿਲ ਦੇ ਵਿੱਚ ਸਟੋਰ ਹੁੰਦੀ ਹੈ। ਦਿਲ ਦੇ ਵਿੱਚ ਸਟੋਰ ਹੋਣ ਦੇ ਕਾਰਨ ਜਦੋਂ ਉਸ ਚੀਜ਼ ਦੀ ਮਾਤਰਾ ਵੱਧਦੀ ਹੈ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ, ਦਿਲ ਦੀਆਂ ਬਿਮਾਰੀਆਂ ਜੋ ਕਿ ਇਸ ਦੀ ਵਜ੍ਹਾ ਦੇ ਨਾਲ ਸਾਨੂੰ ਕੁਛ ਵੀ ਹਾਰਟ ਅਟੈਕ ਆ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਣੀਆਂ। ਇਸ ਤੋਂ ਇਲਾਵਾ ਜੋ ਤੋਂ ਅਸੀਂ ਖੂਨਦਾਨ ਕਰਦੇ ਹਾਂ ਸਾਡੇ ਖੂਨ ਦੇ ਵਿੱਚ ਜੋ ਵੀ ਬੈਡ ਟੌਕਸਿਨਸ ਹੁੰਦੇ ਆ ਲਾਈਕ ਜੋ ਯੂਰੀਆ ਬਣਦਾ ਆ, ਕਿਸੇ ਵੀ ਤਰ੍ਹਾਂ ਦਾ ਐਸਿਡ ਬਣਦਾ ਆ, ਇਸ ਤਰ੍ਹਾਂ ਦੀਆਂ ਚੀਜ਼ਾਂ ਖੂਨਦਾਨ ਕਰਨ ਦੇ ਨਾਲ ਵਾਸ਼ ਆਊਟ ਹੋ ਜਾਂਦੇ। ਹਰ ਇੱਕ ਹੈਲਦੀ ਪਰਸਨ ਨੂੰ ਜਿਹਦੀ ਕਿ ਏਜ 18 ਸਾਲਾਂ ਤੋਂ ਉੱਪਰ ਆ ਉਹ ਆਪਣਾ ਖੂਨਦਾਨ ਕਰ ਸਕਦਾ ਆ ਹਰੇਕ 4 ਮਹੀਨੇ ਬਾਅਦ। ਜੋ ਵੀ ਤੁਸੀਂ ਖੂਨਦਾਨ ਕਰਦੇ ਆ ਉਹ ਹਮੇਸ਼ਾ ਕਿਸੇ ਰਜਿਸਟਰਡ ਬੈਂਕ ਨੂੰ ਆਪਣਾ ਖੂਨਦਾਨ ਕਰੋ, ਜਿਹਦੇ ਲਈ ਕਿ ਤੁਹਾਨੂੰ ਇੱਕ ਸਰਟੀਫਿਕੇਟ ਮਿਲਦਾ ਹੈ ਅਤੇ ਤੁਹਾਨੂੰ ਭਵਿੱਖ ਦੇ ਵਿੱਚ ਵੀ ਕਦੇ ਖੂਨ ਦੀ ਲੋੜ ਪੈਂਦੀ ਹੈ ਤੁਸੀਂ ਉਹ ਸਰਟੀਫਿਕੇਟ ਆਪਣਾ ਦੇ ਕੇ ਆਪਣੇ ਉਸ ਖੂਨ ਨੂੰ ਵਾਪਸ ਕਲੇਮ ਕਰ ਸਕਦੇ ਹੋ। ਉਸ ਤੋਂ ਵੀ ਇਲਾਵਾ ਜੋ ਕਿ ਪੰਜਾਬ ਦੇ ਵਿੱਚ ਕਲਚਰ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ, ਸੈਟਲ ਹੋਣਾ, ਅਤੇ ਉੱਥੇ ਵੀ ਜਦੋਂ ਤੁਸੀਂ ਤੁਹਾਡੇ ਆਪਣੇ ਨਾਲ ਆਪਣੀ ਫਾਈਲ ਦੇ ਨਾਲ ਤੁਸੀਂ ਆਪਣੇ ਖੂਨਦਾਨ ਦੇ ਕਮਿਊਨਿਟੀ ਸਰਵਿਸ ਦੇ ਇਸ ਤਰ੍ਹਾਂ ਦੇ ਸਰਟੀਫਿਕੇਟ ਅਟੈਚ ਕਰੋਗੇ ਉਹ ਇੱਕ ਤੁਹਾਡਾ ਗੁੱਡ ਇੰਪ੍ਰੈਸ਼ਨ ਜਾਂਦਾ ਹੈ ਕਿ ਤੁਸੀਂ ਇੱਕ ਸੁਸਾਇਟੀ ਵਰਕਰ ਹੋ ਅਤੇ ਸੁਸਾਇਟੀ ਦੇ ਲਈ ਤੁਸੀਂ ਕੰਮ ਕਰ ਰਹੇ ਹੋ, ਇੱਕ ਚੰਗੇ ਕੌਜ਼ ਦੇ ਲਈ ਕੰਮ ਕਰ ਰਹੇ ਹੋ। ਇਹ ਚੀਜ਼ਾਂ ਤੁਹਾਡੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਹੈਲਪ ਕਰੂੰਗੀਆਂ, ਤੁਹਾਨੂੰ ਲਾਈਫ ਦੇ ਵਿੱਚ ਸਕਸੀਡ ਹੋਣ ਦੇ ਲਈ ਹੈਲਪ ਕਰੂੰਗੀਆਂ। ਕਿਸੇ ਇਨਸਾਨ ਦੀ ਤਾਂ ਬਿਹਤਰੀ ਕਰ ਹੀ ਰਹੇ ਹੋ, ਤੁਸੀਂ ਉਹਦੇ ਨਾਲ ਨਾਲ ਖੁਦ ਦੀ ਵੀ ਬਿਹਤਰੀ ਕਰ ਰਹੇ ਹੋ। ਧੰਨਵਾਦ।